ਗਲਤੀ ਬਹੁਤ ਵੱਡੀ ਹੈ ਅਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਮੈਨੂੰ ਲੱਗਦਾ ਕਿ ਇਸ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ। ਜਾਨ ਜਿਹੜਾ ਹੈ ਇਹਨੇ ਵਰਲਡ ਦੇ ਸਿੱਖਾਂ ਦੇ ਹਿਰਦੇ ਜਿਹੜੇ ਆ ਬਲੁੰਦਰੇ ਆ। ਤੁਹਾਨੂੰ ਉਹਨਾਂ ਦੀ ਮਨਸ਼ਾ ਬਾਰੇ ਕੀ ਦੱਸ ਸਕਦਾ ਕਿ ਉਹਨਾਂ ਦੀ ਮਨਸ਼ਾ ਕੀ ਹੈ, ਪਰ ਮੈਂ ਇੰਨਾ ਕਹਿ ਸਕਦਾ ਕਿ ਬਿਆਨ ਸਹੀ ਨਹੀਂ ਹੈ। ਦੇਖੋ ਗਲਤੀ ਬਹੁਤ ਵੱਡੀ ਹੈ ਅਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਮੈਨੂੰ ਲੱਗਦਾ ਕਿ ਇਸ ਅਹੁਦੇ ਤੋਂ ਹਟ ਜਾਣਾ ਚਾਹੀਦਾ ਹੈ। ਐਡਾ ਇਹ ਕਿਉਂਕਿ ਇਹ ਬਿਆਨ ਜਿਹੜਾ ਹੈ ਇਹਨੇ ਵਰਲਡ ਦੇ ਸਿੱਖਾਂ ਦੇ ਹਿਰਦੇ ਜਿਹੜੇ ਆ ਬਲੁੰਦਰੇ ਆ, ਮਤਲਬ ਬਹੁਤ ਜ਼ਿਆਦਾ ਮਨ ਨੂੰ ਦੁੱਖ ਹੋਇਆ, ਜਿਹਨੇ ਵੀ ਸੁਣਿਆ ਹੈਗਾ ਉਹਦੇ ਮਨ ਨੂੰ ਇੰਨੀ ਠੇਸ ਪਹੁੰਚੀ ਹੈ ਕਿ ਉਹ ਬਿਆਨ ਤੋਂ ਹੀ ਪਰੇ ਹੈ। ਮੈਂ ਤੁਹਾਨੂੰ ਉਹਨਾਂ ਦੀ ਮਨਸ਼ਾ ਬਾਰੇ ਕੀ ਦੱਸ ਸਕਦਾ ਕਿ ਉਹਨਾਂ ਦੀ ਮਨਸ਼ਾ ਕੀ ਹੈ, ਪਰ ਮੈਂ ਇੰਨਾ ਕਹਿ ਸਕਦਾ ਕਿ ਬਿਆਨ ਸਹੀ ਨਹੀਂ ਹੈ। ਜਥੇਦਾਰ ਸਾਹਿਬ ਨੇ ਕਿਹਾ ਜੀ ਕਿ ਡੇਰਾ ਸਿਰਸਾ ਨੂੰ ਜਿਹੜੀ ਮਾਫ਼ੀ ਦਿੱਤੀ ਹੈ ਉਹ ਨਹੀਂ ਦਿੱਤੀ ਗਈ, ਉਹ ਹਜੇ ਵੀ ਅਕਾਲ ਤਖ਼ਤ ਸਾਹਿਬ 'ਤੇ ਪਈ ਹੈ। ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਉਂਕਿ ਆਪਣੇ ਪੀਰੀਅਡ ਦੇ ਉਹ ਜ਼ਿੰਮੇਵਾਰ ਨੇ ਤੇ ਉਹੀ ਦੱਸ ਸਕਦੇ ਨੇ ਬਿਹਤਰ ਮੇਰੇ ਨਾਲੋਂ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ, ਖਾਸ ਤੌਰ 'ਤੇ ਜਿਹੜੇ ਸਿੱਖ ਭਾਈਚਾਰਾ ਹੈਗਾ ਉਹ ਬੜਾ ਮਾਣ ਮਹਿਸੂਸ ਕਰਦਾ। ਸਾਨੂੰ ਜਿੰਨੇ ਸਿੱਖ ਮਿਲੇ ਆ ਅਸੀਂ ਸਾਰੇ ਸਿੱਖਾਂ ਨੂੰ ਪੁੱਛਿਆ, ਸਾਨੂੰ ਇੱਕ ਵੀ ਸਿੱਖ ਐਸਾ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਕਿ ਇੱਥੇ ਸਾਡਾ ਦਮ ਘੁੱਟਦਾ। ਸਭ ਨੇ ਕਿਹਾ ਕਿ ਸਾਨੂੰ ਇੱਥੇ ਇੱਜ਼ਤ ਮਾਣ ਪ੍ਰੋਪਰ ਮਿਲਦਾ। ਉਸ ਸੰਬੰਧੀ ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ 'ਤੇ ਜਿਹੜਾ ਉੱਥੋਂ ਦਾ ETPP ਬੋਰਡ ਹੈ ਉਹਦੇ ਨਾਲ ਗੱਲ ਕੀਤੀ ਹੈ ਕਿ ਅਸੀਂ 100 ਸਾਲਾਂ ਜਿਹੜਾ ਅਗਲੇ ਸਾਲ ਆ ਰਿਹਾ ਹੈ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਅਸੀਂ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਸਿੱਖ ਅਸੀਂ ਨਨਕਾਣਾ ਸਾਹਿਬ ਇਕੱਠੇ ਹੋਈਏ ਅਤੇ ਦੁਨੀਆ ਭਰ ਦੇ ਸਿੱਖ, ਦੁਨੀਆ ਭਰ ਦੇ ਸਿੱਖਾਂ ਦੀਆਂ ਸੰਸਥਾਵਾਂ ਅਸੀਂ ਰਲ ਮਿਲ ਕੇ ਇਸ 100 ਸਾਲਾ ਸ਼ਤਾਬਦੀ ਨੂੰ ਮਨਾਈਏ। ਦੇਖੋ ਜਥੇਦਾਰ ਟੀਵੀਆਂ ਦੇ ਉੱਤੇ ਬਹਿਸ ਨਹੀਂ ਕਰਦੇ ਹੁੰਦੇ, ਇਸ ਅਹੁਦੇ ਦੀ ਇੱਕ ਨੈਤਿਕਤਾ ਹੈ, ਉਹਨੂੰ ਅਕਾਲ ਤਖ਼ਤ ਸਾਹਿਬ ਦੇ ਤੋਂ ਜਿਹੜੀ 5 ਮੈਂਬਰੀ ਬਣਾਈ ਗਈ ਕਮੇਟੀ ਹੈ ਉਹਦੇ ਕੋਲ ਬੈਠਣਾ ਚਾਹੀਦਾ ਮਸਲੇ ਦੇ ਹੱਲ ਵਾਸਤੇ। ਦੂਸਰੀ ਗੱਲ ਮੈਂ ਇੱਕ ਜ਼ਰੂਰ ਕਹਿਣੀ ਚਾਹਾਂਗਾ ਕਿ ਬਹੁਤ ਸਾਰੇ ਲੱਗੇ ਹੋਏ ਨੇ ਜਿਹੜੇ ਉਹਨੂੰ ਨਕਲੀ ਨਿਰੰਕਾਰੀ ਵਜੋਂ ਸਿੱਖਾਂ ਦੇ ਸਿਰਾਂ 'ਤੇ ਬਿਠਾਉਣਾ ਚਾਹੁੰਦੇ ਹੈ, ਅਤੇ ਅਸੀਂ ਉਹਨਾਂ ਦੀ ਮਨਸ਼ਾ ਜਿਹੜੀ ਹੈ ਜਿਹੜੇ ਲੋਕ ਉਹਨਾਂ ਨੂੰ ਕਿਉਂਕਿ ਉਹ ਸਮਝ ਨਹੀਂ ਰਹੇ ਹੈ, ਪਤਾ ਨਹੀਂ ਕਿਉਂ ਨਹੀਂ ਸਮਝ ਰਹੇ, ਪਰ ਕੁਛ ਲੋਕ ਲੱਗੇ ਹੋਏ ਆ ਜਿਹੜੇ ਉਹਨਾਂ ਨੂੰ ਨਕਲੀ ਨਿਰੰਕਾਰੀ ਵਜੋਂ ਪੇਸ਼ ਕਰਕੇ ਸਿੱਖਾਂ ਦੇ ਸਿਰਾਂ ਦੇ ਉੱਤੇ ਬਿਠਾਉਣਾ ਚਾਹੁੰਦੇ ਆ। ਨਹੀਂ ਮੈਨੂੰ ਲੱਗਦਾ ਕਿ ਸਟੇਜਾਂ ਨਾ ਲਾਉਣ ਦੇ ਫੈਸਲਾ ਕਰਨ ਦੇ ਨਾਲੋਂ ਉਹਨਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਸੀ ਕਿ ਅਸੀਂ ਬੈਠ ਕੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੁੰਦੇ। ਬਹਿਸ ਦੀ ਚੁਣੌਤੀ 5 ਮੈਂਬਰੀ ਕਮੇਟੀ ਸਾਡੀ ਬਣੀ ਆ ਅਕਾਲ ਤਖ਼ਤ ਸਾਹਿਬ ਦੀ, ਉਹਦੇ ਨਾਲ ਗੱਲਬਾਤ ਕਰੇ, ਜਿਹੜੇ ਉਹਦੇ ਸ਼ੰਕੇ ਹੈ ਉਹਨਾਂ ਨੂੰ ਦੱਸੇ। ਤੇ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਉਹ ਇਸ ਕਰਕੇ ਢੱਡਰਿਆਂ ਵਰਗੇ ਬੰਦੇ ਬੋਲ ਰਹੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਜਿੱਥੇ ਅਕਾਲ ਤਖ਼ਤ ਫੈਸਲੇ ਗਲਤ ਹੋਏ ਨੇ। ਪਿਛਲੇ ਜੇ ਹੁਣ ਇੰਦਰਾ ਗਾਂਧੀ ਨੇ ਬਲਿਊ ਸਟਾਰ ਹਮਲੇ ਦੀ ਉਹ ਜ਼ਿੰਮੇਵਾਰ ਹੈ ਅਤੇ ਉਹਦਾ ਦੋਸ਼ ਡਾਕਟਰ ਮਨਮੋਹਨ ਸਿੰਘ 'ਤੇ ਥੋੜ੍ਹੀ ਦਿੱਤਾ ਜਾ ਸਕਦਾ ਹੈਗਾ, ਇਸ ਕਰਕੇ ਗੱਲਾਂ ਨਿਰਮੂਲ ਹੈ। ਭਾਈ ਤਾਰੂ ਸਿੰਘ ਦੇ ਅਸੀਂ ਸ਼ਹੀਦੀ, ਹਾਂ ਦੋ ਗੁਰਦੁਆਰਾ ਪਾਕਿਸਤਾਨ ਸਰਕਾਰ ਨਾਲ ਅਸੀਂ ਗੱਲ ਕੀਤੀ ਹੈ ਔਰ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਦੋ ਗੁਰਦੁਆਰਾ ਸਾਹਿਬਾਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਅਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਸਥਾਨ ਬਹੁਤ ਜਲਦ ਜਿਹੜਾ ਹੈਗਾ ਇਸ ਆਮ ਸਿੱਖ ਸੰਗਤਾਂ ਵਾਸਤੇ ਜਿਹੜਾ ਹੈ ਉਹ ਖੁੱਲ੍ਹੇਗਾ ਅਤੇ ਇਹਨੂੰ ਜਿਹੜਾ ਹੈ ਉਹ ਖੂਬਸੂਰਤ ਵੀ ਬਣਾਇਆ ਜਾਏਗਾ, ਇਹਨਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਬਿਲਡਿੰਗਾਂ ਦੀਆਂ ਉਹਨਾਂ ਨੂੰ ਬਿਲਕੁਲ ਜਿਉਂਦੀ ਤਿਉਂ ਰੱਖਿਆ ਜਾਏਗਾ, ਲੇਕਿਨ ਇਹਦੀ ਆਲੇ ਦੁਆਲੇ ਦੀ ਜਿਹੜੀ ਖੂਬਸੂਰਤੀ ਹੈ ਉਹਨੂੰ ਜਿਹੜਾ ਸਾਜ਼ਗਾਰ ਬਣਾਇਆ ਜਾਏਗਾ ਵਧੀਆ ਬਣਾਇਆ। ਸਾਡੇ ਕੋਲ ਚਿੱਠੀ ਆਈ ਸੀ, ਅਸੀਂ ਜੇਲ੍ਹ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ, ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣੀਆਂ ਜਾਣ ਅਤੇ ਜਿਹੜੇ ਵੀ ਦੋਸ਼ੀ ਸਾਹਮਣੇ ਆਉਂਦੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਬੀਜੇਪੀ ਦੇ ਅਸਤੀਫੇ ਬਾਰੇ ਤੁਸੀਂ ਸਰਕਾਰ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੁਝ ਲਿਖਿਆ? ਦੇਖੋ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ, ਮੈਂ ਤਾਂ ਇੰਨੀ ਗੱਲ ਕਰਨੀ ਹੈ ਕਿ ਉਹਨਾਂ ਦਾ ਬਿਆਨ ਜਿਹੜਾ ਹੈ ਮੰਦਭਾਗਾ ਸੀ ਅਤੇ ਉਹਨਾਂ ਨੂੰ ਜਿਹੜਾ ਆਪ ਹੀ ਜਿਹੜਾ ਹੈ ਨੈਤਿਕ ਆਧਾਰ ਦੇ ਉੱਤੇ ਜਿਹੜਾ ਹੈ ਉਹ ਛੱਡ ਦੇਣਾ ਚਾਹੀਦਾ। ਮੈਂ ਕੋਈ ਅਸਤੀਫੇ ਦੀ ਮੰਗ ਨਹੀਂ ਕਰਦਾ, ਇਹ ਉਹਨਾਂ ਨੇ ਵੇਖਣਾ, ਕਿਉਂਕਿ ਪਰ ਮੈਨੂੰ ਇੰਨਾ ਪਤਾ ਹੈ ਕਿ ਬੱਚਾ ਸਿੱਖਾਂ ਦਾ ਇਸ ਬਿਆਨ ਦੇ ਨਾਲ ਜਿਹੜਾ ਉਹ ਦੁਖੀ ਹੋਇਆ, ਜਿਹੜੇ ਸਿੱਖ ਬੈਠੇ ਉਹਨਾਂ ਦੇ ਮਨਾਂ ਨੂੰ ਵੀ ਇਸ ਬਿਆਨ ਤੋਂ ਬਾਅਦ ਸਾਰੇ ਵਰਲਡ ਭਰ ਦੇ ਵਿਸ਼ਵ ਭਰ ਦੇ ਉੱਥੇ ਨਨਕਾਣਾ ਸਾਹਿਬ ਦੁਨੀਆ ਭਰ ਤੋਂ ਸਿੱਖ ਆਏ ਹੋਏ ਸੀ ਅਤੇ ਜਿਹਨੇ ਵੀ ਸੁਣਿਆ ਅਤੇ ਉਹਦੀਆਂ ਅੱਖਾਂ ਨਮ ਹੋ ਗਈਆਂ ਕਿ ਇਹ ਕੀ ਹੋ ਰਿਹਾ ਹਿੰਦੁਸਤਾਨ ਦੇ ਅੰਦਰ। ਦਿੱਲੀ ਜਿਹੜੇ ਦੰਗੇ ਸ਼ੁਰੂ ਹੋਏ ਜੀ ਕੱਲ੍ਹ ਤੋਂ, ਜਿਹੜਾ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ। ਦੇਖੋ ਪਹਿਲਾਂ ਜਦੋਂ ਬਿਲ ਕਲਿੰਗਟਨ ਆਇਆ ਸੀ ਹਿੰਦੁਸਤਾਨ ਅਤੇ ਉਸ ਵਕਤ 36 ਜਿਹੜੇ ਸਾਡੇ ਸਿੱਖ ਜਿਹੜੇ ਆ ਜੰਮੂ ਕਸ਼ਮੀਰ ਦੇ ਅੰਦਰ ਮਾਰੇ ਗਏ ਸੀ ਅਤੇ ਹੁਣ ਟਰੰਪ ਆਇਆ ਅਤੇ ਟਰੰਪ ਦੇ ਆਉਣ ਦੇ ਨਾਲ ਦਿੱਲੀ ਦੇ ਵਿੱਚ ਹਾਲਾਤ ਖਰਾਬ ਹੋਏ ਆ ਅਤੇ ਮੈਨੂੰ ਲੱਗਦਾ ਕਿ ਪਤਾ ਨਹੀਂ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਜਦੋਂ ਹੀ ਅਮੈਰੀਕਾ ਦਾ ਰਾਸ਼ਟਰਪਤੀ ਹਿੰਦੁਸਤਾਨ ਆਉਂਦਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਘਟਦੀਆਂ ਨੇ।
ਕਿਉਂ ਇਸ ਤਰ੍ਹਾਂ ਜਿਹੜੀ ਮਿਨੋਰਟੀਜ਼ ਆ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਕੀ ਹੈ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਜਾ ਰਿਹਾ? ਮੈਨੂੰ ਨਹੀਂ ਪਤਾ ਇਸ ਬਾਰੇ ਕਾਰਨ ਕੀ ਹੈ, ਪਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਉਂ ਹੋ ਰਿਹਾ ਹੈ ਸਭ ਕੁਛ, ਜਾਂ ਖਾਸ ਤੌਰ 'ਤੇ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਇੱਥੇ ਆਉਂਦਾ ਹੈ ਤਾਂ ਉਦੋਂ ਕਿਉਂ ਹੁੰਦਾ ਹੈਗਾ? ਪਾਕਿਸਤਾਨ ਦੇ ਵਿੱਚ 21 ਫਰਵਰੀ ਨੂੰ ਜੋ ਨਨਕਾਣਾ ਸਾਹਿਬ ਦੇ ਪਾਵਨ ਧਰਤੀ ਦੇ ਉੱਤੇ ਨਨਕਾਣਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੇ ਲਈ ਮਹਾਨ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸੀ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਅਸੀਂ ਪਾਕਿਸਤਾਨ ਗਏ ਸੀ। ਪਾਕਿਸਤਾਨ ਗੁਰਦੁਆਰਾ ਜੋ ਪ੍ਰਬੰਧਕ ਕਮੇਟੀ ਹੈ ਉਸ ਨੇ, ਪਾਕਿਸਤਾਨ ਦੇ ਸਿੱਖਾਂ ਨੇ, ਪਾਕਿਸਤਾਨ ਦੀ ਗਵਰਨਮੈਂਟ ਨੇ ਬਹੁਤ ਹੀ ਜ਼ਿਆਦਾ ਮਾਣ ਇੱਜ਼ਤ ਬਖਸ਼ਿਆ ਹੈਗਾ। ਅਸੀਂ ਕੇਵਲ ਅਸੀਂ ਨਹੀਂ ਬਲਕਿ ਬਾਹਰਲੇ ਮੁਲਕਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਈ ਸੀ। ਉੱਥੇ ਦੀਵਾਨ ਸਜੇ ਹੈ, ਕਥਾ ਕੀਰਤਨ ਹੋਇਆ ਔਰ ਬੜੀ ਖੁਸ਼ੀ ਹੋਈ ਹੈ। ਅਤੇ ਕਰਤਾਰਪੁਰ ਨਨਕਾਣਾ ਸਾਹਿਬ ਤੋਂ ਇਲਾਵਾ ਅਸੀਂ ਬਾਕੀ ਗੁਰਦੁਆਰੇ ਸਾਹਿਬਾਨ ਦੇ ਦਰਸ਼ਨ ਕਰਕੇ ਵੀ ਆਏ ਹਾਂ, ਜਿਵੇਂ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ, ਲਾਹੌਰ ਡੇਰਾ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਤੋਂ ਇਲਾਵਾ ਅਸੀਂ ਸਿਆਲਕੋਟ ਗੁਰਦੁਆਰਾ ਬਾਬੇ ਦੀ ਬੇਰ ਉਹਦੇ ਵੀ ਦਰਸ਼ਨ ਕਰਕੇ ਆਏ ਹਾਂ, ਔਰ ਰੋੜੀ ਸਾਹਿਬ ਉਹਦੇ ਵੀ ਦਰਸ਼ਨ ਕਰਕੇ ਆਏ ਹਾਂ। ਕਾਫੀ ਸਾਰੇ ਗੁਰਦੁਆਰੇ ਜਿਹੜੇ ਅਜੇ ਸੰਗਤਾਂ ਲਈ ਖੋਲ੍ਹੇ ਨਹੀਂ ਗਏ ਉਹਨਾਂ ਦੇ ਵੀ ਅਸੀਂ ਦਰਸ਼ਨ ਕਰਕੇ ਆਏ। ਤੁਹਾਡੀ ਪਾਕਿਸਤਾਨ ਫੇਰੀ ਦੌਰਾਨ ਇੱਕ ਬਿਆਨ ਪੰਜਾਬ ਦੇ DGP ਵੱਲੋਂ ਆਇਆ ਸੀ, ਉਸ ਨੂੰ ਲੈ ਕੇ ਬਹੁਤ ਵਿਵਾਦ ਵੀ ਹੋ ਰਿਹਾ, ਉਸ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੁਹਾਡੇ ਦੇਖੋ ਚੰਗੀ ਗੱਲ ਹੈ, ਮਾਫ਼ੀ ਮੰਗ ਲਈ। 6 ਘੰਟੇ ਬਾਅਦ ਦਰਸ਼ਨ ਕਰਨ ਤੋਂ ਜੇ ਕੋਈ ਅੱਤਵਾਦੀ ਬਣਦਾ ਫਿਰ ਇਸ ਹਿਸਾਬ ਦੇ ਨਾਲ ਤਾਂ ਅਸੀਂ 5 ਦਿਨ ਰਹਿ ਕੇ ਆਏ ਹਾਂ, ਅਸੀਂ ਤਾਂ ਕੋਈ ਅੱਤਵਾਦੀ ਬਣੇ ਨਹੀਂ ਅਤੇ ਨਾ ਹੀ ਸਾਡੇ ਨਾਲ ਕੋਈ ਉੱਥੋਂ ਦੀ ਗੌਰਮੈਂਟ ਨੇ ਜਾਂ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ। ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕੀਤੇ ਨੇ, ਉੱਥੇ ਕਥਾ ਕੀਰਤਨ ਕੀਤਾ, ਸੁਣਿਆ ਅਤੇ ਅਰਦਾਸਾਂ ਕੀਤੀਆਂ ਨੇ ਅਤੇ ਹੋਰ ਅਸੀਂ ਕੁਛ ਵੀ ਨਹੀਂ ਕੀਤਾ। ਜਗਜੀਤ ਕੌਰ ਦੇ ਪਰਿਵਾਰ ਨੂੰ ਮਿਲੋ ਜੀ, ਕੀ ਗੱਲਬਾਤ? ਉਹਨਾਂ ਦੇ ਪਰਿਵਾਰ ਨੂੰ ਮਿਲੇ ਹਾਂ ਅਤੇ ਉਹਨਾਂ ਦੇ ਪਰਿਵਾਰ ਨੇ ਕਿਹਾ ਹੈਗਾ ਕਿ ਸਾਡੀ ਲੜਕੀ ਜਿਹੜੀ ਹੈ, ਫਿਲਹਾਲ ਲੜਕੀ ਜਿਹੜੀ ਹੈ ਉਹ ਰਾਜ਼ੀ ਨਹੀਂ ਹੈ ਅਤੇ ਲੜਕੀ ਨੂੰ ਮਨਾਉਣ ਦੇ ਜਿਹੜੇ ਹੈ ਉਹ ਯਤਨ ਵੀ ਹੋ ਰਹੇ ਨੇ ਅਤੇ ਪਰਿਵਾਰ ਦਾ ਇਹ ਕਹਿਣਾ ਕਿ ਲੜਕੀ ਨੂੰ ਜਿਹੜਾ ਜੇ ਇਕੱਲਿਆਂ ਰੱਖਿਆ ਜਾਵੇ ਬਾਕੀ ਜਿਹੜੀਆਂ ਲੜਕੀਆਂ ਨੇ ਉਹਦੇ ਨਾਲੋਂ ਤਾਂ ਹੋ ਸਕਦਾ ਕਿ ਲੜਕੀ ਜਿਹੜੀ ਹੈ ਉਹ ਸਾਡੀ ਗੱਲ ਨਾਲ ਸਹਿਮਤ ਹੋ ਜੇ। ਅਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਤੁਸੀਂ ਪਾਕਿਸਤਾਨ ਗੌਰਮੈਂਟ ਨਾਲ ਗੱਲ ਕਰੋ ਕਿ ਸਾਨੂੰ ਜਿਹੜਾ ਹੈ ਸਾਡੀ ਲੜਕੀ ਨੂੰ ਇਕੱਲਾ ਜਿਹੜਾ ਹੈ ਉਹ ਰੱਖਿਆ ਜਾਵੇ ਤਾਂ ਕਿ ਲੜਕੀ 'ਤੇ ਕਿਸੇ ਕਿਸਮ ਸ਼ੱਕ ਹੈ ਕਿ ਲੜਕੀ 'ਤੇ ਕਿਸੇ ਕਿਸਮ ਦਾ ਦਬਾਅ ਹੈ।